ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਪੰਜਾਬੀ ਸ਼ਾਇਰੀ ਦੇ ਸੈਕਿੰਡ ਐਪੀਸੋਡ ਦੇ ਵਿੱਚ। ਅਸੀਂ ਦੇਖਾਂਗੇ ਅੱਜ ਪੰਜਾਬ ਦੀਆਂ ਦੋਨਾਂ ਪੰਜਾਬਾਂ ਦੀ ਗੱਲ ਕਰ ਰਿਹਾ। ਮੈਂ ਜਦੋਂ ਪੰਜਾਬ ਦੀ ਗੱਲ ਕਰ ਲੈਣੀ ਹੈ ਸਮਝ ਲੈਣਾ ਕਿ ਮੈਂ ਦੋਨਾਂ ਪੰਜਾਬਾਂ ਦੀ ਹੀ ਗੱਲ ਕਰ ਰਿਹਾ, ਠੀਕ ਹੈ। ਸੋ ਪੰਜਾਬ ਦੀ ਸ਼ਾਇਰੀ ਦੀ ਗੱਲ ਕਰਾਂਗੇ ਜਿਹਦੇ ਵਿੱਚ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੋਨਾਂ ਪੰਜਾਬਾਂ ਤੋਂ ਜਿਹੜੇ ਸ਼ਾਇਰ ਹੈ ਉਹ ਆਪਣੀ ਸ਼ਾਇਰੀ ਨਾਲ ਆਪਾਂ ਨੂੰ ਕਾਇਲ ਕਰ ਰਹੇ ਨੇ। ਸੋ ਤੁਸੀਂ ਜਿਹੜਾ ਆਪਣਾ ਇੰਸਟਾਗ੍ਰਾਮ ਹੈ ਇਹਨੂੰ ਚੈੱਕ ਕਰ ਸਕਦੇ ਹੋ, ਕਿਉਂਕਿ ਅੱਜ ਦੀ ਜਿਹੜੀ ਵੀਡੀਓ ਆਪਾਂ ਇੰਸਟਾਗ੍ਰਾਮ 'ਤੇ ਦੇਖਣੀ ਹੈ ਅਤੇ ਇਹ ਵੀ ਕੁਝ ਇੰਸਟਾਗ੍ਰਾਮ ਆਪਣਾ ਅਕਾਊਂਟ ਚੈੱਕ ਕਰ ਸਕਦੇ ਹੋ ਅਤੇ ਮੈਨੂੰ ਮੈਸੇਜ ਮੁਸੇਜ ਕਰ ਸਕਦੇ ਹੋ ਜਿਵੇਂ ਵੀ ਤੁਹਾਡਾ ਜੀ ਕਰੇ, ਅਤੇ ਬਸ ਫੋਲੋ ਕਰ ਲਓ, ਠੀਕ ਹੈ। ਸੋ ਇਹ ਇੱਕ ਗੁਰਸ਼ਾਹੀ ਜਿਹੜਾ ਇੰਸਟਾਗ੍ਰਾਮ ਦਾ ਪੇਜ ਹੈ ਇਹਦੇ ਤੋਂ ਆਪਾਂ ਦੇਖਾਂਗੇ, ਜਿਹਦੇ ਵਿੱਚ ਤਜੰਮੁਲ ਕਲੀਮ ਸਾਹਿਬ, ਠੀਕ ਹੈ, ਅਤੇ ਬਾਕੀ ਹੋਰ ਵੀ ਫਨਾਕਾਰ ਆ, ਅਕਰਮ ਉਦਾਸ ਹੋ ਗਏ, ਅਤੇ ਇਹਦੇ ਵਿੱਚ ਪੰਜਾਬੀ ਅਦਾਕਾਰ ਵੀ ਹੋਣਗੇ। ਆਪਾਂ ਪਹਿਲੇ ਨੰਬਰ ਤੋਂ ਸ਼ੁਰੂ ਕਰਨਾ ਅਤੇ ਹੌਲੀ ਹੌਲੀ ਪਿੱਛੇ ਨੂੰ ਜਾਵਾਂਗੇ। ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਬਾਬਾ ਬੁੱਲੇ ਸ਼ਾਹ ਅਤੇ ਹੋਰ ਵੀ ਪਤਾ ਨਹੀਂ ਇਹੋ ਜਿਹੇ ਕਿੰਨੇ ਕੁ ਪੰਜਾਬ ਦੇ ਆਪਣੇ ਜਿਹੜੇ ਮਹਾਨ ਕਵੀ ਹੋਏ ਆ ਉਹਨਾਂ ਦੀਆਂ ਕੁਝ ਜੋ ਸ਼ਾਇਰੀਆਂ ਉਹ ਦੇਖਾਂਗੇ। ਸੋ ਬਿਨਾਂ ਕਿਸੇ ਦੇਰ ਤੋਂ ਵੀਡੀਓ ਕਰਾਂਗੇ ਸ਼ੁਰੂ। ਚੱਕ ਦਿਓ ਫਟੇ ਦੇ ਸਬਸਕ੍ਰਾਈਬ ਵਾਲੇ, ਮੈਂ ਕਹਿੰਦਾ ਹਨੇਰੀਆਂ ਲਿਆ ਦਿਓ, ਆ ਜਾਓ ਫਿਰ ਦੇਖੀਏ। ਖੜ ਜਾਓ ਵੀ, ਆਵਾਜ਼ ਕਰ ਲਈਏ ਸੈੱਟ, ਨਾਲ ਕਮੈਂਟ ਵੀ ਪੜਾਂਗੇ, ਆ ਜਾਓ। ਕੋਲ ਬੁਲਾ ਕੇ ਵੇਖ ਜ਼ਰਾ ਜਾਂ ਫਿਰ ਆ ਕੇ ਵੇਖ ਜ਼ਰਾ, ਹਾਂ ਚੁੱਕੀ ਨਹੀਂ ਤੇ ਚੁੰਡੀ ਕੋਈ, ਗੈਰਤ ਖਾ ਕੇ ਵੇਖ ਜ਼ਰਾ, ਆਹ ਗੈਰਤ ਖਾ ਕੇ ਵੇਖਾਂ ਇੱਕ ਵਾਰ ਆ ਕੇ। ਉਹ ਤਜੰਮੁਲ ਕਲੀਮ ਸਾਹਿਬ ਯਾਰ ਕਹਿੰਦੇ ਵੀ ਇੰਨੇ ਕੁ ਜ਼ਬਰਦਸਤ ਸ਼ਾਇਰ ਹੈ ਨਾ, ਇਹਨਾਂ ਦੇ ਕਹਿੰਦੇ ਡੈਡੀਕੇਟਡ ਵੀਡੀਓ ਇਹਨਾਂ 'ਤੇ ਬਣਾਵਾਂਗੇ ਆਪਾਂ, ਕੋਈ ਚੱਕਰ ਵਾਲੀ ਗੱਲ ਨਹੀਂ, ਬਣਾਵਾਂਗੇ। ਅੱਛਾ, ਕਿਸੇ ਨੇ ਵਿੱਚ ਥੱਲੇ ਕਮੈਂਟ ਕੀਤਾ ਸਾਡੇ ਇੱਧਰਲੇ ਪੰਜਾਬ 'ਚੋਂ, ਅਸੀਂ ਉੱਥੇ ਹੀ ਗਏ ਠਹਿਰ ਕੇ ਉਹ ਬਦਲ ਗਏ, ਉਹ ਨਵੇਂ ਗਏ ਕੀ ਸ਼ਹਿਰ ਉਹ ਬਦਲ ਗਏ, ਇੰਨਾ ਤਾਂ ਰੁੱਖ ਨਾ ਬਦਲੇ ਨਹਿਰ ਜਿੰਨਾ ਉਹ ਬਦਲ ਗਏ, ਬਦਲੇ ਵੀ ਨਹੀਂ ਲੁਕ ਲੁਕ ਉਹ ਬਦਲੇ ਦਿਨ ਦਿਹਾੜੇ ਦੁਪਹਿਰ ਕਿ ਉਹ ਬਦਲ ਗਏ, ਸਾਡੇ ਦਿਲ ਤੇ ਤਾਂ ਛਾਇਆ ਕਹਿਰ ਕਿ ਉਹ ਬਦਲ ਗਏ, ਕੋਈ ਨਾ ਰੱਬਾ ਸਿੱਧਕ ਬਖਸ਼ੀ ਨਾ ਉਹਦੇ ਲਈ ਦਿਲ ਵਿੱਚ ਭਰਦੀ ਜ਼ਹਿਰ ਕਿ ਉਹ ਬਦਲ ਗਏ। ਵਾਹ ਵੀ ਕਿਆ ਵਾਹ, ਟੁੱਟਿਆ ਆਸ ਹੈਗੀ ਇਹ ਵੀ ਕੋਈ ਹੈ, ਅੱਗੇ ਦੇਖਦੇ ਹਾਂ। ਇਹ ਵੀ ਕੋਈ ਗੱਲ ਹੈ ਮਿੱਠਾ, ਇਹ ਵੀ ਕੋਈ ਗੱਲ ਹੈ ਮਿੱਠਾ, ਤੈਨੂੰ ਤੇਰੇ ਬਾਰੇ ਹੁਣ ਮੈਂ ਕਿਵੇਂ ਦੱਸਾਂ। ਹੈਂ ਅੱਛਾ, ਪਹਿਲੇ ਇਹ ਤਾਂ ਦੱਸ ਚਾਹਤਾ ਹੈ ਕਮਲੀ ਦਾ ਦਿਲ ਰੱਖਣਾ ਹੈ ਜਾਂ ਮੈਂ ਤੈਨੂੰ ਸੱਚ ਸੱਚ ਦੱਸਾਂ। ਅੱਛਾ ਪਹਿਲੇ ਇਹ ਤਾਂ ਦੱਸ ਚਾ ਤੈਂ ਕਮਲੀ ਦਾ ਦਿਲ ਰੱਖਣਾ ਹੈ ਜਾਂ ਮੈਂ ਤੈਨੂੰ ਸੱਚ ਸੱਚ ਦੱਸਾਂ। ਅੱਛਾ ਹੁਣ ਨਾਰਾਜ਼ ਤਾਂ ਨਾ ਥੀ, ਅੱਛਾ ਮੈਂ ਨਹੀਂ ਦੇਖ ਤਾਂ ਸਹੀ ਹੁਣ, ਅੱਛਾ ਹੁਣ ਨਾਰਾਜ਼ ਤਾਂ ਨਾ ਥੀ, ਅੱਛਾ ਮੈਂ ਨਹੀਂ ਦੇਖ ਤਾਂ ਸਹੀ ਹੁਣ, ਅੱਛਾ ਤੂੰ ਹੁਣ ਸੁਣਦੀ ਆਵਾਜ਼, ਰਾਤ ਅੰਧਾਰੀ ਦੇ ਵਿੱਚ ਜੇਕਰ ਦੀਵਾ ਬਾਲੋ ਯਕਦਮ ਜਿਹੜਾ ਚਾਨਣ ਥੀਂਦਾ ਉਹ ਤੂੰ ਹੈ। ਪਾਕਿਸਤਾਨ ਪੰਜਾਬ ਦੇ ਕਿਹੜੇ ਇਲਾਕੇ ਦੀ ਬੋਲੀ ਹੈ ਇਹ, ਸਰੈਕੀ ਹੈ ਮੇਰੇ ਖਿਆਲ, ਹੈ ਨਾ, ਦੇਖ ਲੈਂਦੇ ਬਾਕੀ ਕਿਸੇ ਨੇ ਕੀ ਕਮੈਂਟ ਕੀਤਾ। ਇਹਦਾ ਕਮੈਂਟ ਨਹੀਂ ਆਇਆ ਬਾਈ, ਇਹ ਆਇਆ ਮੁਲਤਾਨ ਬਹਾਵਲਪੁਰ ਦੇ ਇਲਾਕੇ ਦੀ ਲੱਗਦੀ ਹੈ, ਮੁਲਤਾਨ ਬਰੋ ਸਰੈਕੀ, ਮੁਲਤਾਨ ਦੇ ਆਸ ਪਾਸ ਸਰੈਕੀ ਹੈ, ਮੈਂਡਾ ਥੀ, ਹੈ ਨਾ, ਇਹ ਇਹ ਉੱਧਰ ਉਹਦੇ 'ਚ ਸ਼ਬਦ ਵਰਤੇ ਜਾਂਦੇ ਆ, ਪੰਜਾਬ ਦੀ ਉਪਭਾਸ਼ਾ ਆਪਣੀ। ਅੱਗੇ ਦੇਖਦੇ ਹਾਂ। ਮੇਰੇ ਸਿਰ ਤੇ ਪੱਗ ਨਹੀਂ ਟਿਕਦੀ ਉਹਦੇ ਸਿਰ ਦੁਪੱਟਾ, ਦੋਵਾਂ ਦੇ ਸਿਰ ਮਿੱਟੀ ਪੈਂਦੀ ਦੋਵਾਂ ਦੇ ਸਿਰ ਘੱਟਾ। ਹਾਏ ਓਏ ਹੋਏ, ਕਿੰਨੀ ਡੂੰਗੀ ਗੱਲ ਕੀਤੀ, ਕਹਿੰਦੇ ਮੇਰੇ ਸਿਰ ਤੇ ਪੱਗ ਨਹੀਂ ਟਿਕਦੀ ਉਹਦੇ ਸਿਰ ਤੇ ਦੁਪੱਟਾ, ਦੋਨਾਂ ਦੇ ਸਿਰ ਮਿੱਟੀ ਪੈਂਦੀ ਦੋਵਾਂ ਦੇ ਸਿਰ ਘੱਟਾ। ਕਿਹੜਾ ਇਹਨੂੰ ਚੰਗਾ ਆਖੇ ਕਿਹੜਾ ਸ਼ੌਕ ਸਰਾਵੇ, ਕਿਹੜਾ ਇਹਨੂੰ ਚੰਗਾ ਆਖੇ ਕਿਹੜਾ ਸ਼ੌਕ ਸਰਾਵੇ, ਆਪਣੇ ਮਾਲਕ ਲਾਲ ਬਗਾਵਤ ਆਪਣੇ ਘਰ ਵਿੱਚ ਰੱਟਾ, ਮੇਰੇ ਸਿਰ ਤੇ ਪੱਗ। ਅੱਛਾ ਐਂਡ ਤੇ ਥੋੜਾ ਜਿਹਾ ਮੈਨੂੰ ਉਹ ਨਹੀਂ ਹੋਇਆ ਨਾ, ਸਮਝ ਘੱਟ ਆਈ ਹੈ ਇੱਥੇ, ਪਰ ਦੁਬਾਰਾ ਸੁਣ ਲਿਆ। ਟਿਕਦੀ ਉਹਦੇ ਸਿਰ ਦੁਪੱਟਾ, ਦੋਵਾਂ ਦੇ ਸਿਰ ਮਿੱਟੀ ਪੈਂਦੀ ਦੋਵਾਂ ਦੇ ਸਿਰ ਘੱਟਾ। ਕਿਹੜਾ ਇਹਨੂੰ ਚੰਗਾ ਆਖੇ ਕਿਹੜਾ ਸ਼ੌਕ ਸਰਾਵੇ, ਕਿਹੜਾ ਇਹਨੂੰ ਚੰਗਾ ਆਖੇ ਕਿਹੜਾ ਸ਼ੌਕ ਸਰਾਵੇ, ਆਪਣੇ ਮਾਲਕ ਲਾਲ ਬਗਾਵਤ ਆਪਣੇ ਘਰ ਵਿੱਚ ਰੱਟਾ। ਬਾ ਕਮਾਲ, ਇਹਨਾਂ ਦਾ ਨਾਮ ਹੈ ਅਸਲਮ ਸ਼ੂਕ, ਕਿਆ ਬਾਤ ਹੈ। ਅੱਗੇ ਇਹ ਨਾ ਪੁੱਛ ਕਿ ਮੇਰੀ ਕੀ, ਤੂੰ ਦੱਸ ਮਰਜ਼ੀ ਤੇਰੀ ਕੀ, ਮਾੜੇ ਕੋਲੋਂ ਜਿੱਤ ਲੈਣਾ ਮਾੜੇ ਕੋਲੋਂ ਜਿੱਤ ਜਾਣਾ, ਇਹਦੇ ਵਿੱਚ ਦਲੇਰੀ ਕੀ, ਦਲੇਰੀ ਕੀ, ਹਾਏ ਹਾਏ। ਗੱਲ ਸੁਣ ਭਾਈਆ, ਧੀ ਨਾ ਪਾਉਣ ਤੇਰੀ ਕੀ ਤੇ ਮੇਰੀ ਕੀ। ਬਹੁਤ ਸੋਹਣਾ, ਬਹੁਤ ਹੀ ਸੋਹਣਾ ਯਾਰ। ਪਰਦਾ ਉਹ ਅਕਸਰ ਰੱਖਦੀ ਸੀ, ਖੋਰੇ ਚਿਹਰਾ ਕਿਉਂ ਢੱਕਦੀ ਸੀ, ਨਾ ਮੈਨੂੰ ਸਾਲੀ ਭਰਨੀ ਆਵੇ, GB ਵਟਸਐਪ ਰੱਖਦੀ ਸੀ। ਅੱਛਾ, ਇਹਦੇ ਵਿੱਚੋਂ ਕੱਟਿਆ ਗਿਆ ਵੀ ਮੈਨੂੰ ਭਰਨੀ ਨਹੀਂ ਆਉਂਦੀ, ਤੇ ਉਹ ਪਤਾ ਨਹੀਂ ਕਿੰਨੇ GB ਵਟਸਐਪ ਭਰੀ ਰੱਖਦੀ ਸੀ। ਉਹ ਅੱਜ ਕੱਲ ਦੇ ਵੀ ਵੱਖਰੇ ਸ਼ੇਰ ਹੈ। ਇੱਕ ਤੜਪ ਸੀ ਕਿ ਖੁਦਾਇਆ ਇਹ ਸੁਨੇੜੇ ਮੈਂ ਇਨਾਮਾਂ ਵਾਸਤੇ ਤੇ ਨਹੀਂ ਸਨ ਲਿਖੇ, ਜਿਹਦੇ ਲਈ ਲਿਖੇ ਸਨ ਉਹਨੂੰ ਤਾਂ ਕੋਈ ਅੱਖਰ ਨਹੀਂ ਪਹੁੰਚਿਆ। ਬਾਅਦ ਵਿੱਚ ਵੀ ਇਹੋ ਅਹਿਸਾਸ ਬਣਿਆ ਰਿਹਾ
ਕਿ ਪਰਛਾਵਿਆਂ ਨੂੰ ਪਕੜਨ ਵਾਲਿਓ ਛਾਤੀ ਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ। ਅਮਰਤਾ ਪ੍ਰੀਤਮ ਜੀ, ਪਰ ਇਸ ਰਾਹ ਉੱਤੇ ਜੇ ਦੁਨੀਆਂ ਵਾਲੇ ਤੁਹਾਨੂੰ ਕੋਈ ਫੁੱਲ ਪੱਤੇ ਦਿੰਦੇ ਨੇ ਤਾਂ ਉਹਨਾਂ ਦਾ ਸ਼ੁਕਰੀਆ ਕਰਨਾ ਹੁੰਦਾ ਹੈ, ਜੇ ਨਹੀਂ ਦਿੰਦੇ ਤਾਂ ਸ਼ਿਕਵਾ ਕੋਈ ਨਹੀਂ। ਸਹੀ ਹੈ। ਓਹੋ ਬਈ, ਇਹ ਸੀਗੇ ਅਮਰਤਾ ਪ੍ਰੀਤਮ ਜੀ। ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਅਸੀਂ ਆਪਣੇ ਨਾ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਹਾਂ। ਰੂਪ ਆ ਗਏ, ਕੋਈ ਜਾਗੀਰ ਨਹੀਂ ਹੁੰਦੀ ਤੇ ਕਰਾ ਰੂਪ ਕੋਈ ਜਾਗੀਰ ਜਾਗੀਰ ਹੀਰ ਵੀ ਆਹਾ ਹਾਏ ਹਾਏ ਵਾਹ ਵਾਹ ਵਾਹ। ਰੂਪ ਕੋਈ ਜਾਗੀਰ ਨਹੀਂ ਹੁੰਦੀ, ਹੀਰ ਵੀ ਇੱਕ ਦਿਨ, ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ। ਸ਼ੀਸ਼ੇ ਸਾਹਮਣੇ ਆਹਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ, ਹਾਏ ਵਾਹ ਕਿਆ ਬਾਤ ਹੈ। ਸ਼ੀਸ਼ੇ ਸਾਹਮਣੇ ਮੈਂ ਹੀ ਹਾਂ, ਹਾ 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 ਵਿੱਚ ਮੇਰੀ ਤਸਵੀਰ ਨਹੀਂ ਹੁੰਦੀ। ਸੁਭਾਨ ਅੱਲਾ ਵਾਹ ਵਾਹ ਵਾਹ। ਬੰਦੇ ਨੂੰ ਕੁਝ ਕਰ ਦਿੰਦੀ ਹੈ, ਹਾਂ ਦੌਲਤ ਆਪ ਅਮੀਰ ਨਹੀਂ ਹੁੰਦੀ, ਆਹਾ ਬੰਦੇ ਨੂੰ ਕੁਝ ਕਰ ਦਿੰਦੀ ਹੈ, ਆਹਾ ਦੌਲਤ ਆਪ ਅਮੀਰ ਨਹੀਂ ਹੁੰਦੀ। ਵਾਹ 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 ਵੱਡਾ ਵੱਡਾ ਬਈ, ਵਾਹ 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 ਵੱਡਾ ਸ਼ੁਕਰ ਹੈ ਪਾਟੇ ਚੱਗੇ ਵਿੱਚ, ਸ਼ੁਕਰ ਹੈ ਪਾਟੇ ਚੱਗੇ ਵਿੱਚ, ਇੱਥੇ ਤਨ ਤੇ ਲੀਰ ਨਹੀਂ ਹੁੰਦੀ। ਹਾਏ 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 ਹਾਏ, ਲੱਭੋ ਕੌਣ ਹੈ ਲੁੱਟਣ ਵਾਲਾ, ਹਾਏ ਲੱਭੋ ਕੌਣ ਹੈ ਲੁੱਟਣ ਵਾਲਾ, ਜੋ ਵੀ ਹੈ ਤਕਦੀਰ ਨਹੀਂ ਹੁੰਦੀ, ਤਕਦੀਰ ਨਹੀਂ ਲੁੱਟਦੀ। ਰੂਪ ਅੱਛਾ, ਕਿਸੇ ਨੇ ਆਹੀ ਗੱਲਾਂ ਅੱਗੇ ਕੰਟੀਨਿਊ ਕੀਤੀਆਂ, ਲੋਕਾਂ ਦੇ ਹੱਕ ਖੋਣੇ ਛੱਡਦੇ ਇਹ ਨਾਲ ਜਾਂਦੀ ਜਗੀਰ ਨਹੀਂ ਹੁੰਦੀ, ਗਾਂ ਵੀ ਲੇਖਾ ਦੇਖਾ ਦੇਣਾ ਪੈਣਾ, ਲੇਖਾ ਦੇਣਾ ਪੈਣਾ, ਇੱਥੇ ਹੀ ਅਖੀਰ ਨਹੀਂ ਹੁੰਦੀ। ਇੱਕ ਹੋਰ ਨੇ ਲਿਖਿਆ ਕਿਸੇ ਨੇ, ਬੰਦਾ ਅੰਤ ਨੂੰ ਬੁੱਤ ਹੋ ਜਾਂਦਾ ਫਿਰ ਉਸਨੂੰ ਪੀੜ ਨਹੀਂ ਹੁੰਦੀ, ਬੰਦੇ ਨੂੰ ਕੁਛ ਕਰ ਦਿੰਦੀ ਹੈ ਦੌਲਤ ਆਪ ਅਮੀਰ ਨਹੀਂ ਹੁੰਦੀ, ਜਿਉਂਦੇ ਜੀ ਹੀ ਕਰ ਲਓ ਕਦਰਾਂ ਮ੍ਰਿਤਕ ਦੇ ਸਰੀਰ ਨਹੀਂ ਹੁੰਦੀ। ਦੇਖੋ ਬਈ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਜਿਹਨੇ ਇਹਨੂੰ ਜਿਸ ਢੰਗ ਨਾਲ ਵਰਤਣਾ ਨਾ ਉਹਨੇ ਉੱਦਾਂ ਹੀ ਵਰਤਣਾ, ਕਿਸੇ ਨੇ ਇਹਦੇ 'ਤੇ ਗੰਦ ਮੰਦ ਦੇਖਣਾ, ਕਿਸੇ ਨੇ ਇਹੋ ਜਿਹਾ ਕੁਛ ਦੇਖਣਾ, ਕਿਸੇ ਨੇ ਧਾਰਮਿਕ ਚੀਜ਼ਾਂ ਦੇਖਣੀਆਂ, ਕਿਸੇ ਨੇ ਕੁਛ ਦੇਖਣਾ, ਕਿਸੇ ਨੇ ਕੁਛ ਦੇਖਣਾ, ਆਪਣਾ ਫਰਜ਼ ਆ ਆਪਾਂ ਸਾਰਿਆਂ ਨੂੰ ਚੀਜ਼ਾਂ ਦਿਖਾਉਣੀਆਂ ਚੱਜ ਦੀਆਂ ਤੇ ਵਧੀਆ। ਠੀਕ ਹੈ, ਅੱਗੇ ਦੇਖਦੇ ਹਾਂ। ਅਲੀ ਜ਼ਰਿਓਨ ਸਾਹਿਬ, ਤੂੰ ਦੱਸਦਾ ਕਿਉਂ ਨਹੀਂ, ਪਾਗਲ ਹੈ ਤੇ ਹੱਸਦਾ ਕਿਉਂ ਨਹੀਂ, ਗਬਰੂ ਇਹਦੇ ਅੱਗੇ ਵਧਣਾ, ਸੁਭਾਨ ਅੱਲਾਹ, ਦੱਸਦਾ ਲੈ ਤੇ ਨੱਸਦਾ ਕਿਉਂ ਨਹੀਂ, ਉਸ ਚਲਾਕ ਨੂੰ ਇਹ ਗੁੱਸਾ ਹੈ ਮੈਂ ਗੱਲਾਂ ਵਿੱਚ ਫਸਦਾ ਕਿਉਂ ਨਹੀਂ, ਯਾਰ ਉਸ ਚਲਾਕ ਨੂੰ ਇਹ ਗੁੱਸਾ ਹੈ ਮੈਂ ਗੱਲਾਂ ਵਿੱਚ ਫਸਦਾ ਕਿਉਂ ਨਹੀਂ, ਫਸਦਾ ਕਿਉਂ ਨਹੀਂ, ਹਰ ਪਾਸੇ ਮੂੰਹ ਮਾਰ ਰਿਹਾ ਹੈ ਯਾਰ ਤੂੰ ਕਿਤੇ ਫਸਦਾ ਕਿਉਂ। ਸਹੀ ਸੀਗਾ, ਸਹੀ ਸੀਗਾ। ਕਿਸੇ ਨੇ ਕਮੈਂਟ ਅੱਗੇ ਪੂਰਾ ਕੀਤਾ, ਮੈਂ ਸੁਣਿਆ ਤੈਨੂੰ ਰੰਗ ਚੰਗੇ ਗੂੜੇ ਲੱਗਦੇ ਫਿਰ ਮੈਂ ਤੈਨੂੰ ਜੱਚਦਾ ਕਿਉਂ ਨੀ। ਗੁੱਡ ਵਨ। ਹੋਣੀਆਂ ਦੇ ਖੇਲ ਜੀ ਜਿੰਦੜੀ ਰਖੇਲ ਜੀ, ਕੰਡਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ, ਹੋਣੀਆਂ ਦੇ ਖੇਲ ਜੀ ਜਿੰਦੜੀ ਰਖੇਲ ਜੀ, ਕੰਡਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ, ਤੇ ਦਿਲ ਵਾਲੇ ਦੀਵਿਆਂ ਦਾ ਸੜ ਗਿਆ ਤੇਲ ਜੀ, ਤੇ ਹਾਸਿਆਂ ਨੂੰ ਚੰਬੜੀ ਏ ਹੌਕਿਆਂ ਦੀ ਵੇਲ ਜੀ, ਹਾਸਿਆਂ ਨੂੰ ਚੰਬੜੀ ਏ ਹੌਕਿਆਂ ਦੀ ਵੇਲ ਜੀ, ਤੇ ਸਾਡੀਆਂ ਕਹਾਣੀਆਂ ਉੱਡ ਪੁੱਡ ਜਾਣੀਆਂ, ਇੱਕ ਵੀ ਨਾ ਛਿੱਟ ਦਿੱਤੀ ਇਸ਼ਕੇ ਦੇ ਪਾਣੀਆਂ, ਇੱਕ ਵੀ ਨਾ ਛਿੱਟ ਦਿੱਤੀ ਇਸ਼ਕੇ ਦੇ ਪਾਣੀਆਂ, ਮੋੜੀਆਂ ਨਾ ਵਾਗਾਂ ਸਾਡੀ ਰੂਹ ਦੀਆਂ ਹਾਣੀਆਂ, ਤੇ ਬਾਹਰਲੀਆਂ ਛਈਆਂ ਪਈਆਂ ਅੰਦਰ ਬੁਲਾਣੀਆਂ, ਤੇ ਸਦਰਾਂ ਕੁਵਾਰੀਆਂ ਬੰਨ ਬੰਨ ਮਾਰੀਆਂ, ਧੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ, ਧੱਕੇ ਸਦਰਾਂ ਕੁਵਾਰੀਆਂ ਬੰਨ ਬੰਨ ਮਾਰੀਆਂ, ਧੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ, ਤੇ ਖੇਡ ਸਮੁੰਦਰਾਂ ਦੀ ਟੋਬਿਆਂ ਚ ਤਾਰੀਆਂ, ਤੇ ਭਿੱਜੇ ਹੋਏ ਪਰਾਂ ਨਾਲ ਕਾਹਦੀਆਂ ਉਡਾਰੀਆਂ, ਆਏ ਭਿੱਜੇ ਹੋਏ ਪਰਾਂ ਨਾਲ ਕਾਹਦੀਆਂ ਉਡਾਰੀਆਂ। ਹੁਣ ਆ ਗਏ ਜੀ ਗੁਲਾਮ ਹੁਸੈਨ। ਕਿਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ, ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ, ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ, ਤੂੰ ਨਫ਼ਰਤ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ, ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅੱਤ ਪਿਆਰ, ਪਾ ਸੱਚ ਦੀ ਛਾਨਣੀ ਪਾਪ ਚੋਂ ਤੂੰ ਲਿੱਤਾ ਪੁੰਨ ਅਨਕਾਰ, ਤੇਰਾ ਵਸੇ ਗੁਰੂ ਦੁਆਰੜਾ ਤੇਰਾ ਉੱਚਾ ਹੋਵੇ ਨਾ,
ਦਿਨ ਰਾਤੀ ਸੀਸਾਂ ਦੇਵੰਦੀ ਤੈਨੂੰ ਨਾਨਕ ਬੋਲੀ ਮਾਂ। ਆਹ ਕਿਆ ਬਾਤ ਹੈ, ਬਹੁਤ ਸੋਹਣਾ ਲਿਖਿਆ ਇਹਨਾਂ ਨੇ, ਗੁਰੂ ਨਾਨਕ ਦੇਵ ਜੀ ਦੇ ਲਿਖਿਆ ਤੇ ਭਗਤ ਕਬੀਰ ਜੀ ਤੇ ਬਾਬਾ ਫਰੀਦ ਜੀ, ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਹੋਏ ਨੇ ਤੇ ਇਹਨਾਂ ਦੀ ਜਿਹੜੀ ਬਾਣੀ ਰਚੀ ਹੋਈ ਨਾ, ਜੋ ਇਹਨਾਂ ਨੇ ਲਿਖਿਆ ਹੋਇਆ ਉਹ ਬਾ ਕਮਾਲ ਹੈ। ਮਤਲਬ ਜ਼ਿੰਦਗੀ ਨੂੰ ਬਿਆਨ ਕਰਦੀਆਂ ਚੀਜ਼ਾਂ ਹੈ ਫਰੀਦ ਦੀਆਂ ਤੇ ਕਬੀਰ ਜੀ ਦੀਆਂ। ਕਿਆ ਬਾਤ, ਵਾਅਦੇ ਪੂਰੇ ਕਰ ਨਹੀਂ ਜਾਂਦਾ, ਵਾਅਦੇ ਪੂਰੇ ਕਰ, ਵਾਅਦੇ ਪੂਰੇ ਕਰ ਨਹੀਂ ਜਾਂਦਾ, ਸੋਚ ਰਿਹਾ ਕਿਉਂ ਮਰ ਨਹੀਂ ਜਾਂਦਾ, ਜਿਸ ਦਿਨ ਨਾ ਮਜ਼ਦੂਰੀ ਲੱਭੇ ਬੂਹੇ ਵੱਲੋਂ ਕਰ ਨਹੀਂ ਕਰ ਨਹੀਂ ਜਾਂਦਾ, ਹਾਏ ਹਾਏ ਹਾਏ, ਜਿਸ ਦਿਨ ਨਾ ਮਜ਼ਦੂਰੀ ਲੱਭੇ ਹਾਏ ਹਾਏ ਬੂਹੇ ਵੱਲੋਂ ਘਰ ਨਹੀਂ ਜਾਂਦਾ, ਘਰ ਨਹੀਂ ਜਾਂਦਾ, ਕਾਵਾਂ ਤੱਕ ਨੂੰ ਜ਼ਾਤ ਪਿਆਰੀ, ਬੰਦਾ ਸੁਣ ਕੇ ਮਰ ਨਹੀਂ ਜਾਂਦਾ, ਕਾਵਾਂ ਤੱਕ ਨੂੰ ਜ਼ਾਤ ਪਿਆਰੀ, ਬੰਦਾ ਸੁਣ ਕੇ ਮਰ ਨਹੀਂ ਜਾਂਦਾ, ਮੇਰਾ ਸੀਨਾ ਦਮ ਕਰਵਾਓ, ਮੇਰੇ ਅੰਦਰੋਂ ਡਰ ਨਹੀਂ ਜਾਂਦਾ, ਮੇਰੇ ਅੰਦਰੋਂ ਡਰ ਨਹੀਂ ਜਾਂਦਾ। ਬਾਈ ਜੀ ਲੂ ਗੰਡਾ ਖੜਾ ਹੋ ਗਿਆ ਸੁਣ ਕੇ, ਸੱਚੀ ਯਾਰ। ਤਜੰਮੁਲ ਕਲੀਮ ਸਾਹਿਬ ਇਹਨਾਂ ਤੇ ਸਪੈਸ਼ਲ ਬਣਾਉਣੀ ਹੈ, ਆ ਜਿਹੜਾ ਕਾਵਾਂ ਨੂੰ ਜਾਤ ਪਿਆਰੀ ਵਾਲਾ ਸੀ ਨਾ, ਉਹਨੇ ਮੋਲਿਆ ਯਾਰ ਆਪਣੇ। ਆਪਾਂ ਇਨਸਾਨ ਦੇਖੋ ਵੀਡੀਓ ਦੇਖ ਰਹੇ ਹੁਣ, ਇਹ ਤੇ ਕੋਈ ਫਨੀ ਆ ਜੇ ਆਪਾਂ ਹੱਸ ਲਾਂਗੇ, ਜੇ ਕੋਈ ਸੈਡ ਆ ਗਈ ਆਪਾਂ ਇਮੋਸ਼ਨਲ ਹੋ ਜਾਂਗੇ, ਆਹੀ ਤਾਂ ਜ਼ਿੰਦਗੀ ਹੈ। ਕਹਿੰਦੇ ਕਾਵਾਂ ਨੂੰ ਜਾਤ ਪਿਆਰੀ, ਬੰਦਾ ਸੁਣ ਕੇ ਮਰ ਨਹੀਂ ਜਾਂਦਾ। ਕਿਆ ਬਾਤ ਹੈ ਯਾਰ, ਤੂੰ ਆਖੇ ਤੇ ਕਰ ਜਾਂਦਾ ਵਾ, ਹਾਂ ਇਹ ਆਪਾਂ ਅੱਗੇ ਸੁਣਿਆ ਹਨਾ, ਇਹ ਕੱਟਿਆ ਹੀ ਜਾਣਾ ਯਾਰ ਕਿਉਂਕਿ ਪਿੱਛੇ ਟਿਊਨ ਜੀ ਲੱਗੀ ਹੈ। ਅੱਗੇ ਦੇਖਦੇ ਹਾਂ। ਰੋਣਾ ਨਹੀਂ, ਬੱਚੀ ਤੇ ਟੀਕਾ। 2.5 ਸਾਲ ਦੀ ਬੇਟੀ ਟੀਕੇ ਨੂੰ ਜਾਣਦੀ। ਅੱਛਾ, 2.5 ਸਾਲ ਦੀ ਬੇਟੀ ਟੀਕੇ ਨੂੰ ਜਾਣਦੀ, ਟੀਕੇ ਵਾਲਾ ਹੱਥ ਵਾਰ ਵਾਰ ਪਰੇ ਕਰਦੀ, ਉਸ ਦੀਆਂ ਬਾਹਾਂ ਕਾਬੂ ਕਰ ਮੈਂ ਟੀਕਾ ਲਵਾ ਦਿੰਦਾ, ਉਸ ਦੀਆਂ ਬਾਹਾਂ ਕਾਬੂ ਕਰ ਮੈਂ ਟੀਕਾ ਲਵਾ ਦਿੰਦਾ, ਬਹੁਤ ਰੋਂਦੀ ਹੈ ਬੇਟੀ, ਮੈਂ ਪਤਿਆ ਕੇ ਆਖਦਾ ਰੋਣਾ ਨਹੀਂ, ਉਹ ਰੋਂਦੇ ਰੋਂਦੇ ਆਖਦੀ ਬਹੁਤ ਦੁੱਖ ਲੱਗਦਾ ਪਾਪਾ, ਮੈਂ ਆਖਦਾ ਤੇਰੇ ਰੋਣ ਨਾਲ ਮੈਨੂੰ ਵੀ ਬਹੁਤ ਦੁੱਖ ਲੱਗਦਾ, ਮੇਰਾ ਵੀ ਰੋਣਾ ਨਿਕਲਦਾ, ਉਹ ਇੱਕਦਮ ਚੁੱਪ ਕਰ ਜਾਂਦੀ, ਆਪਣੀਆਂ ਦੋਵੇਂ ਅੱਖਾਂ ਆਪੇ ਪੂੰਜ ਆਖਦੀ ਹੁਣ ਕਦੇ ਨਹੀਂ ਰੋਊਂਗੀ ਪਾਪਾ, ਮੇਰਾ ਸੱਚੀ ਮੁੱਚੀ ਰੋਣਾ ਨਿਕਲ ਜਾਂਦਾ, ਮੇਰਾ ਸੱਚੀ ਰੋਣਾ ਨਹੀਂ। ਬਹੁਤ ਡੂੰਘੀ ਗੱਲ ਸੀਗੀ ਇਹ, ਜੇ ਸ਼ਾਇਦ ਤੁਹਾਨੂੰ ਪਤਾ ਹੋਵੇ ਕਿਸੇ ਨੂੰ, ਜਦੋਂ ਇੱਕ ਘਰ ਵਿੱਚ ਬੱਚੀ ਜੰਮਦੀ ਹੈ ਨਾ, ਧੀ ਜੰਮਦੀ ਹੈ, ਤਾਂ ਉਹਦਾ ਪਿਆਰ ਨਾ ਉਹਦੇ ਪਿਓ ਨਾਲ ਬਹੁਤ ਜ਼ਿਆਦਾ ਹੁੰਦਾ। ਇਹ ਉਹਦੀ ਇਹਨਾਂ ਨੇ ਇੱਕ ਰਾਬਤਾ ਸੁਣਾਈ ਹੈ ਕਿ ਜਦੋਂ ਧੀ ਹੈ ਜਿਹੜੀ ਪਿਓ ਦਾ ਸੋਚਦੀ ਹੈ ਅਤੇ ਪਿਓ ਧੀ ਦਾ ਸੋਚਦਾ। ਮੁੰਡਿਆਂ ਦਾ ਹੋਰ ਹਿਸਾਬ ਹੁੰਦਾ, ਮੁੰਡਿਆਂ ਦਾ ਮਾਂ ਨਾਲ ਜ਼ਿਆਦਾ ਹੁੰਦਾ, ਧੀਆਂ ਦਾ ਪਿਓ ਨਾਲ ਜ਼ਿਆਦਾ ਹੁੰਦਾ। ਮੇਰੇ ਇੱਕ ਇਸ਼ਾਰੇ 'ਤੇ ਕੋਈ ਜ਼ਿੰਦਗੀ ਵਾਰੇ 'ਤੇ ਚਾਰੇ ਤੜਫੇ ਲਾਰੇ ਤੇ ਚੰਨ ਚਾਨਣੀ ਤਾਰੇ ਤੇ ਸੂਰਜ ਡੁੱਬ ਕੇ ਮਰ ਜਾਏਗਾ ਜੇਤੂ ਵਾਲ ਖਲਾਰੇ ਤੇ, ਸੂਰਜ ਡੁੱਬ ਕੇ ਮਰ ਜਾਏਗਾ ਜੇਤੂ ਵਾਲ ਖਲਾਰੇ ਤੇ, ਬੰਦੇ ਦੇ ਵਿੱਚ ਅੱਲਾ ਏ ਬੰਦਾ ਬੰਦਾ ਮਾਰੇ ਤੇ, ਬੰਦੇ ਦੇ ਵਿੱਚ ਅੱਲਾ ਏ ਬੰਦਾ ਬੰਦਾ ਮਾਰੇ ਤੇ। ਇਹ ਕੱਟਿਆ ਗਿਆ। ਸੋ ਗਾਈਜ਼ ਅੱਜ ਲਈ ਇੰਨਾ ਬਹੁਤ ਹੈ, ਕਾਫੀ ਸਾਰੀਆਂ ਇਹਦੇ ਤੇ ਹੋਰ ਵੀ ਬੜਾ ਬੜੀਆਂ ਇੱਦਾਂ ਦੀਆਂ ਕਲਿਪਸ ਪਈਆਂ, ਦੇਖੋ ਇਹ ਸਾਰੀਆਂ ਆਪਾਂ ਤੁਹਾਡੇ ਨਾਲ ਹੀ ਦੇਖਣੀਆਂ, ਠੀਕ ਹੈ, ਸਾਰੀਆਂ ਦੇਖਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ, ਪਾਰਟ ਬਣਾਵਾਂਗੇ ਇਹਦੇ ਅਗਲੇ ਵੀ। 15-16 ਮਿੰਟ ਦੀ ਵੀਡੀਓ ਆਲਰੇਡੀ ਹੋ ਚੁੱਕੀ ਹੈ। ਆ ਜਿਹੜੀ ਐਂਡ ਦੇ ਸੀ ਨਾ ਇੱਕ ਪਿਓਤੀ ਵਾਲੀ ਜਸਵੰਤ ਜਾਫਰ ਜੀ ਦੀ, ਉਹਨਾਂ ਨੇ ਬਈ ਬਾ ਕਮਾਲ, ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਨਾ ਹਿਲਾ ਕੇ ਰੱਖਤਾ, ਇੰਨੀ ਕੁ ਜ਼ਬਰਦਸਤ ਉਹਨਾਂ ਦੀ ਉਹ ਪੋਇਟਰੀ ਸੀ ਨਾ, ਜੋ ਉਹਨਾਂ ਨੇ ਰਿਲੇਸ਼ਨਸ ਜਿਹੜੇ ਦੱਸੇ ਆ, ਰਿਲੇਸ਼ਨਸ ਇੱਕ ਪਿਓ ਅਤੇ ਇੱਕ ਧੀ ਦਾ ਆਪਸ ਦੇ ਵਿੱਚ ਕਿੱਦਾਂ ਪ੍ਰੇਮ ਪਿਆਰ ਹੁੰਦਾ ਨਾ, ਅਤੇ ਜਾਂ ਜਿੰਨੇ ਵੀ ਉਸ ਤੋਂ ਪਹਿਲਾਂ ਸੀ ਤਜੰਮਲ ਕਲੀਮ ਸਾਹਿਬ ਦੇ, ਸਪੈਸ਼ਲ ਡੈਡੀਕੇਟਡ ਵੀਡੀਓ ਚਾਹੀਦੀ ਉਹਨਾਂ ਦੇ ਕਲੀਮ ਸਾਹਿਬ ਦੇ, ਕਮੈਂਟ ਕਰਕੇ ਮੈਨੂੰ ਦੱਸਿਓ। ਦੇਖੋ ਇਹ ਆਪਣਾ ਸੱਭਿਆਚਾਰ ਹੈ, ਮੈਂ ਇਹ ਪਾਰਟ ਇਸੇ ਕਰਕੇ ਸਟਾਰਟ ਕੀਤੇ ਆ ਐਪੀਸੋਡ ਵਾਲੇ, ਤਾਂ ਜੋ ਆਪਾਂ ਨਾ ਇਹਨਾਂ ਨੂੰ ਦੇਖ ਸਕੀਏ ਹੋਰ ਸੁਣ ਸਕੀਏ ਅਤੇ ਆਪਣਾ ਸੱਭਿਆਚਾਰ ਜ਼ਿੰਦਾ ਰੱਖ ਸਕੀਏ, ਨਹੀਂ ਤਾਂ ਹੁਣ ਇਹ ਕਿੱਥੋਂ ਤੱਕ ਸੀਮਤ ਹੈ, ਸੋਸ਼ਲ ਮੀਡੀਆ ਤਾਂ ਹੁਣ ਆ ਗਿਆ,
ਚਲੋ ਥੋੜਾ ਬਹੁਤ ਇਹਨਾਂ ਨੂੰ ਵੀ ਵਿਊਜ਼ ਦੇਖਣ ਨੂੰ ਮਿਲ ਜਾਂਦੇ ਆ। ਪਰ ਪਹਿਲਾਂ ਕੀ ਸੀਗਾ ਕਿ ਕਿਸੇ ਕੋਰੀਡੋਰ ਸੋਰੀ ਕਿਸੇ ਸਟੇਡੀਅਮ ਕਹਿਣ ਲੱਗਾ ਸੀ ਮੈਂ, ਮਤਲਬ ਕਿਤੇ ਵੀ ਕਿਤੇ ਇਹੋ ਜਿਹੀ ਜਗ੍ਹਾ ਤੇ ਕਿਸੇ ਹਾਲ ਦੇ ਵਿੱਚ ਬੈਠੇ ਆ ਚਾਰ ਕਵੀ ਤੇ ਉਹਦੇ ਚੁਣਿੰਦਾ ਆਡੀਅੰਸ ਬੈਠੀ ਹੈ ਜਿਹੜੀ ਪਸੰਦ ਕਰਦੀ ਹੈ ਸ਼ੇਅਰਾਂ ਨੂੰ ਸੁਣਦੀ ਹੈ, ਉਹ ਇੰਨੀ ਕੀ ਆਡੀਅੰਸ ਹੈ, ਲਿਮਿਟਡ ਆਡੀਅੰਸ ਆ ਆਪਣੇ ਇੱਧਰ ਪੰਜਾਬ 'ਚ ਇਸ ਚੀਜ਼ ਦੀ। ਲੇਕਿਨ ਦੇਖੋ ਯਾਰ, ਦੇਖਿਆ ਕਰੋ, ਸੁਣਿਆ ਕਰੋ, ਸ਼ੇਅਰ ਕਰਿਆ ਕਰੋ ਆਪਣੀਆਂ ਵੀਡੀਓਜ਼। ਜੇ ਮੇਰਾ ਰਿਐਕਸ਼ਨ ਚੰਗਾ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਾਣ ਤੋਂ ਪਹਿਲਾਂ, ਅਤੇ ਕਮੈਂਟ ਪੱਕਾ ਕਰਕੇ ਜਾਇਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਸਤਿ ਸ਼੍ਰੀ ਅਕਾਲ।